ਇੱਕ ਬਾਹ ਨਾ ਹੋਣ ਤੇ ਵੀ ਨੌਜਵਾਨ ਲਾਉਂਦਾ ਹੈ ਜਿਮ। ਇੱਕ ਹਾਦਸੇ ਨੇ ਖੋ ਲਈ ਨੌਜਵਾਨ ਦੀ ਬਾਂਹ। ਮੋਟਰ 'ਚ ਹੱਥ ਆਉਣ ਕਾਰਨ ਗਵਾਉਣੀ ਪਈ ਬਾਂਹ। ਸਰੀਰ ਦੀ ਕਮਜ਼ੋਰੀ ਨੂੰ ਨਹੀਂ ਬਣਨ ਦਿੱਤਾ ਰਾਹ ਦਾ ਰੋੜਾ। ਪੜ੍ਹਾਈ ਦੇ ਨਾਲ ਨਾਲ 6 ਮਹੀਨੇ ਤੋਂ ਲਗਾ ਰਿਹਾ ਜਿਮ। ਮੇਰਾ ਨਾਮ ਸਤਬੀਰ ਸਿੰਘ ਹੈ ਜੀ, ਮੈਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ, ਜ਼ਿਲ੍ਹਾ ਲਖੀਮਪੁਰ ਖੀਰੀ ਦਾ, ਪਿੰਡ ਮੇਰਾ ਹਜ਼ਰਤਪੁਰ ਹੈ। ਅਤੇ ਹੁਣ ਇਸ ਟਾਈਮ ਮੈਂ ਬਠਿੰਡਾ ਦੇ ਵਿੱਚ ਸਟੱਡੀ ਕਰਦਾ ਪਿਆ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਮੈਂ ਸਟੂਡੈਂਟ ਹਾਂ, ਬੀਕੌਮ ਫਾਈਨਲ ਈਅਰ। ਅਤੇ ਹੁਣ ਮੈਂ ਨਾਲ ਨਾਲ ਆਪਣੇ ਪੜ੍ਹਾਈ ਦੇ ਨਾਲ ਨਾਲ ਸਟੱਡੀ ਦੇ ਨਾਲ ਨਾਲ ਆਪਣਾ ਵਰਕਆਊਟ ਅਤੇ ਆਪਣੀ ਜਿਮ ਦੀ ਰੂਟੀਨ ਫੋਲੋ ਕਰਦਾ ਪਿਆ ਜੀ। ਸਰ ਮੈਨੂੰ ਹੋ ਗਏ 6 ਮਹੀਨੇ ਹੋ ਗਏ ਆ ਜੀ, ਮੈਂ ਜਨਵਰੀ 2024 'ਚ ਸ਼ੁਰੂ ਕੀਤੀ ਸੀਗੀ ਜਿਮ। ਅਤੇ ਹੁਣ ਮੈਂ ਆਪਣਾ ਨਾਲ ਨਾਲ ਸਟੱਡੀ ਦੇ ਅਤੇ ਵਧੀਆ ਤਰੀਕੇ ਆਪਣੀ ਡਾਇਟ ਅਤੇ ਆਪਣੀ ਜਿਮ ਨੂੰ ਚੱਜ ਨਾਲ ਲੈ ਕੇ ਚੱਲ ਰਿਹਾ। ਮੇਰੀ 21 ਈਅਰਸ ਓਲਡ ਹਾਂ ਮੈਂ। ਇਹ ਸਰ ਜੋ ਹਾਦਸਾ ਮੇਰੇ ਨਾਲ ਵਾਪਰਿਆ 2012 ਦੇ ਵਿੱਚ 27 ਜੂਨ ਨੂੰ ਵਾਪਰਿਆ ਸੀਗਾ। ਉਸ ਟਾਈਮ ਮੇਰੀ ਉਮਰ ਸੀ 10 ਸਾਲ, ਅਤੇ ਮੈਂ ਸਾਡੇ ਘਰ ਇੱਕ ਫੰਕਸ਼ਨ ਸੀਗਾ ਅਤੇ ਕਾਫੀ ਗੈਦਰਿੰਗ ਹੋਈ ਹੋਈ ਸੀਗੀ। ਅਤੇ ਉਸ ਟਾਈਮ 'ਤੇ ਅਸੀਂ ਬੱਚੇ ਸਾਰੇ ਖੇਡਦੇ ਪਏ ਸੀਗੇ ਅਤੇ ਲਾਗੇ ਸਾਡੀ ਆਪਣੇ ਘਰ ਜਿੱਦਾਂ ਫਾਰਮ ਹਾਊਸ ਦੇ ਉੱਤੇ ਮੋਟਰਾਂ ਹੁੰਦੀਆਂ, ਇਹ 'ਚ ਬੱਚੇ ਹੁੰਦੇ ਆ, ਅਤੇ ਉੱਥੇ ਖੇਡਦੇ ਖੇਡਦੇ ਲਾਗੇ ਮੋਟਰ ਚੱਲਦੀ ਪਈ ਸੀ। ਅਤੇ ਮੋਟਰ ਦੇ ਕੋਲ ਮੇਰੇ ਹੱਥ 'ਚ ਟੋਵਲ ਸੀਗਾ ਲੈਫਟ ਹੈਂਡ ਦੇ ਵਿੱਚ, ਅਤੇ ਨਾਲ ਮੇਰਾ ਕਜ਼ਨ ਬ੍ਰਦਰ ਸੀਗਾ। ਅਤੇ ਉਹ ਟੋਵਲ ਉਸ ਟਾਈਮ ਉਹ ਖਿੱਚ ਰਿਹਾ ਸੀ ਮੇਰੇ ਤੋਂ ਅਤੇ ਮੈਂ ਉਸ ਤੋਂ ਖਿੱਚ ਰਿਹਾ ਸੀ, ਅਤੇ ਉਸ ਤੋਂ ਛੁੱਟ ਗਿਆ ਅਤੇ ਉਹ ਟੋਵਲ ਮੋਟਰ ਦੇ ਉੱਤੇ ਡਿੱਗ ਪਿਆ। ਮੋਟਰ ਦੇ ਉੱਤੇ ਡਿੱਗਣ ਕਾਰਨ ਮੇਰਾ ਹੱਥ ਉਸ ਦੇ ਵਿੱਚ ਉਸਨੇ ਨਾਲ ਹੀ ਖਿੱਚ ਲਿਆ, ਅਤੇ ਖਿੱਚ ਕੇ ਮੇਰਾ ਹੱਥ ਉਹਨੇ ਕੱਟ ਕੇ ਅਲੱਗ ਕਰ ਦਿੱਤਾ। ਬਹੁਤ ਸਪੀਡ ਦੇ ਵਿੱਚ ਚੱਲਦੀ ਪਈ ਸੀ, ਨਾਲ ਨਾਲ ਉਹਦੇ ਮੈਂ ਆਪ ਉਸ ਦੇ ਨਾਲ ਨਾਲ ਘੁੰਮਣ ਲੱਗ ਗਿਆ, ਅਤੇ ਉਸਨੇ ਕੱਟ ਕੇ ਅਲੱਗ ਕਰ ਦਿੱਤਾ ਹੱਥ ਐਟ ਅ ਟਾਈਮ। ਅਤੇ ਜੋ ਮੇਰਾ ਇਲਾਜ ਚੱਲਿਆ, ਮੇਰਾ ਇਲਾਜ ਵਾਹਵਾ ਟਾਈਮ, ਕਾਫੀ ਟਾਈਮ ਮੈਨੂੰ ਹੋਸਪਿਟਲਾਈਜ਼ ਰਹਿਣਾ ਪਿਆ, ਅਤੇ 6 ਓਪਰੇਸ਼ਨਸ ਹੋਏ ਟੋਟਲ ਓਵਰਆਲ ਮੇਰੇ, ਅਤੇ ਕਾਫੀ ਲੰਮਾ ਬੈੱਡ ਰੈਸਟ ਚੱਲਿਆ। ਅਤੇ ਬੈੱਡ ਰੈਸਟ ਤੋਂ ਬਾਅਦ ਪੂਰਾ ਮੈਂ ਰਿਕਵਰ ਹੋਣ ਤੋਂ ਬਾਅਦ ਫਿਰ ਮੈਂ ਆਪਣੀ ਸਕੂਲਿੰਗ ਅਤੇ ਆਪਣੀ ਸਟੱਡੀ ਅੱਗੇ ਕੰਟੀਨਿਊ ਕੀਤੀ। ਹੁਣ ਇਸ ਟਾਈਮ ਤਾਂ ਮੈਂ ਬੀਕੌਮ ਓਨਰਸ ਦਾ ਸਟੂਡੈਂਟ ਹਾਂ ਫਾਈਨਲ ਈਅਰ ਦਾ। ਹਾਂਜੀ ਸਰ, ਜੇ ਆਪਾਂ ਗੱਲ ਕਰੀਏ ਚੰਗੇ ਅਤੇ ਮਾੜੇ ਲੋਕਾਂ ਦੀ, ਚੰਗੇ ਲੋਕ ਤਾਂ ਦੁਨੀਆ 'ਤੇ ਚਲੋ ਹੈਗੇ ਆ, ਕੁਛ ਬਹੁਤ ਜ਼ਿਆਦਾ ਚੰਗੇ ਲੋਕ ਜਿਹੜੇ ਆ ਉਹ ਘੱਟ ਤਾਦਾਦ ਦੇ ਵਿੱਚ ਆ, ਮਾੜੇ ਲੋਕਾਂ ਦੀ ਗੱਲ ਕਰੀਏ ਕਾਫੀ ਤਾਦਾਦ ਦੇ ਵਿੱਚ ਆ। ਪਰ ਜਦੋਂ ਮੈਂ ਆਪਣਾ ਵਰਕਆਊਟ ਅਤੇ ਆਪਣੇ ਹਿੰਮਤ ਦੇ ਨਾਲ, ਆਪਣੇ ਜਜ਼ਬੇ ਦੇ ਨਾਲ ਆਪਣੀ ਮੈਂ ਜਿਮ ਕਰਦਾ ਹਾਂ, ਆਪਣੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਹਾਂ, ਲੋਕ ਉਹਨੂੰ ਵੇਖਦੇ ਆ, ਪਸੰਦ ਕਰਦੇ, ਪਿਆਰ ਦਿੰਦੇ, ਅਤੇ ਜਿਹੜੇ ਕੁਛ ਲੋਕ ਹੁੰਦੇ ਆ ਜਿਹੜਾ ਮਾੜਾ ਕਮੈਂਟ ਕਰਨ ਵਾਲੇ, ਮਾੜਾ ਸੋਚਣ ਵਾਲੇ, ਉਹ ਵੀ ਉਸ ਥਾਂ 'ਤੇ ਕਿਤੇ ਨਾ ਕਿਤੇ ਆ ਕੇ ਦੱਬ ਜਾਂਦੇ ਆ। ਚੰਗੇ ਕਮੈਂਟਾਂ ਦੇ ਵਿੱਚ, ਚੰਗੀਆਂ ਗੱਲਾਂ ਦੇ ਵਿੱਚ ਆ ਕੇ ਮਾੜੇ ਲੋਕਾਂ ਦੀਆਂ ਗੱਲਾਂ ਥੱਲੇ ਨੱਪੀਆਂ ਜਾਂਦੀਆਂ ਆ। ਇਸ ਕਰਕੇ ਜੋ ਮੇਰਾ ਹੌਸਲਾ ਅਤੇ ਸਾਰਾ ਮੇਰਾ ਜਜ਼ਬਾ, ਇਹ ਸਾਰੇ ਵੀਰ ਭਰਾਵਾਂ ਦੇ ਕਾਰਨ ਵੀ ਹੀ ਠੀਕ ਆ, ਉਹਨਾਂ ਦੇ ਕਾਰਨ ਹੀ ਮੈਂ ਬੂਸਟਅਪ ਹੋਇਆ ਹਾਂ। ਉਹਨਾਂ ਨੇ ਮੇਰਾ ਮੋਰੈਲ ਬੂਸਟ ਕੀਤਾ, ਮੈਨੂੰ ਹੌਸਲਾ ਦਿੱਤਾ ਕਿ ਬੱਚੇ ਤੁਸੀਂ ਮਿਹਨਤ ਕਰੋ ਅਤੇ ਅੱਗੇ ਵਧੋ। ਹਾਂਜੀ, ਜੇ ਗੱਲ ਕਰੀਏ ਪਰੇਸ਼ਾਨੀਆਂ ਦੀ, ਪਰੇਸ਼ਾਨੀਆਂ ਛੋਟੀਆਂ ਛੋਟੀਆਂ ਕਾਫੀ ਆ ਜਾਂਦੀਆਂ ਆ। ਜਦੋਂ ਆਪਾਂ ਵਰਕਆਊਟ ਕਰਦੇ ਹਾਂ, ਕਿਤੇ ਨਾ ਕਿਤੇ ਮਸ਼ੀਨਾਂ ਦੇ ਨਾਲ ਆਪਾਂ ਜਦੋਂ ਕਰਨਾ ਹੁੰਦਾ, ਕਿਤੇ ਕੋਈ ਜਿੱਥੇ ਮਸ਼ੀਨ ਦੋਵਾਂ ਹੱਥਾਂ ਨਾਲ ਯੂਜ਼ ਕਰ ਸਕਦੇ ਹਾਂ,
ਕੋਈ ਪ੍ਰੋਬਲਮ ਆਉਂਦੀ ਉੱਥੇ ਫਿਰ ਮੈਨੂੰ ਆਪਣੇ ਨਾਲ ਬੈਲਟਾਂ ਮੈਂ ਯੂਜ਼ ਕਰਦਾ, ਬੈਲਟ ਯੂਜ਼ ਕਰਨੀ ਪੈਂਦੀ ਹੈ ਮੈਨੂੰ ਕਿ ਮੈਂ ਆਪਣਾ ਪ੍ਰੋਪਰ ਓਨੀ ਜਿਹੜੀ ਉਹਦੇ ਵਿੱਚ ਈਜ਼ੀਲੀ ਮੈਂ ਉਹਨੂੰ ਵਰਕਆਊਟ ਨੂੰ ਪਰਫੋਰਮ ਕਰ ਪਾਵਾਂ, ਇਕਿਊਪਮੈਂਟ ਯੂਜ਼ ਕਰ ਪਾਵਾਂ। ਅਤੇ ਫਿਰ ਜ਼ਿਆਦਾ ਤਾਂ ਮੈਂ ਡੰਬਲਸ ਨਾਲ ਪ੍ਰੈਫਰ ਕਰਦਾ ਮਸ਼ੀਨਾਂ ਨਾਲੋਂ। ਬਟ ਹਾਂਜੀ, ਇਹ ਗੱਲ ਜ਼ਰੂਰ ਆ ਕਿ ਵਰਕਆਊਟ ਮੈਂ ਸਾਰੇ ਹੀ ਪੋਸੀਬਲ, ਮਤਲਬ ਸਾਰੇ ਮੇਰੇ ਲਈ ਪੋਸੀਬਲ ਆ, ਮੈਂ ਸਾਰੇ ਕਰ ਲੈਂਦਾ ਹਾਂ। ਕਿਸੇ ਵੀ ਕਿਸੇ ਨਾਲੋਂ ਮੈਂ ਘੱਟ ਨਹੀਂ, ਮੈਂ ਆਪਣੇ ਆਪ ਨੂੰ ਕਦੀ ਕਿਸੇ ਤੋਂ ਘੱਟ ਨਹੀਂ ਸਮਝਿਆ, ਹਮੇਸ਼ਾ ਮੈਂ ਅੱਗੇ ਵਧੂੰਗਾ, ਅੱਗੇ ਐਂ ਹੀ ਵੱਧਦਾ ਜਾਊਂਗਾ ਇਸੇ ਜਜ਼ਬੇ ਨਾਲ। ਅਤੇ ਤੁਹਾਨੂੰ ਸਾਰਿਆਂ ਨੂੰ ਵੀ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰ ਕਰਕੇ ਹੌਸਲਾ ਤੁਹਾਡਾ ਸਾਰਿਆਂ ਦਾ ਵਧਾਉਂਦਾ ਰਹੂੰਗਾ। ਸਭ ਤੋਂ ਪਹਿਲਾਂ ਤਾਂ ਮੇਰੀ ਇਹ ਗੱਲ ਆਪਾਂ ਕਰ ਲੈਂਦੇ ਹਾਂ ਕਿ ਜਿਨ੍ਹਾਂ ਦੇ ਨਾਲ ਕੋਈ ਵੀ ਮਿਸ ਹੈਪਨਿੰਗ ਹੋ ਜਾਂਦੀ ਆ, ਰੱਬ ਨਾ ਕਰੇ ਕਿਸੇ ਨਾਲ ਅੱਗੇ ਹੋਵੇ, ਅਸੀਂ ਨਹੀਂ ਚਾਹੁੰਦੇ ਕਿ, ਮੈਂ ਆਪ ਨਹੀਂ ਚਾਹੁੰਦਾ, ਕਿਉਂਕਿ ਇਸ ਚੀਜ਼ ਦੇ ਵਿੱਚ ਆ ਕੇ ਪ੍ਰੋਬਲਮਸ ਬੜੀਆਂ ਫੇਸ ਕਰਨੀਆਂ ਪੈਂਦੀਆਂ, ਬਹੁਤ ਕੁਛ ਟੈਕਲ ਕਰਨਾ ਪੈਂਦਾ। ਬਾਕੀ ਹਾਂਜੀ, ਜੇ ਕਿਸੇ ਨਾਲ ਕੋਈ ਪ੍ਰੋਬਲਮ ਜਾਂ ਕੋਈ ਘਟਨਾ ਹੋ ਚੁੱਕੀ ਆ, ਅਤੇ ਉਹ ਆਪਣਾ ਹੌਸਲਾ ਨਾ ਹਾਰਨ, ਜਜ਼ਬਾ ਨਾ ਹਾਰਨ, ਆਪਣੀ ਮਿਹਨਤ ਕਰਨ ਅਤੇ ਇੱਕ ਗੋਲ ਬਣਾਉਣ ਜ਼ਿੰਦਗੀ ਦਾ, ਅਸੀਂ ਆਹ ਚੀਜ਼ ਹਾਸਲ ਕਰਨੀ ਹੈ। ਕਿਉਂਕਿ ਜਦੋਂ ਆਪਾਂ ਇੱਕ ਤਾਂ ਆਪਣੇ ਨਾਲ ਕੋਈ ਹਾਦਸਾ ਵਾਪਰ ਜਾਂਦਾ, ਅਤੇ ਉਸ ਤੋਂ ਬਾਅਦ ਆਪਾਂ ਹੋਰ ਜੇ ਆਪਾਂ ਲੋ ਫੀਲ ਕਰਾਂਗੇ, ਅਤੇ ਜਿਹੜੀ ਆਪਣਾ ਸਮਾਜ ਹੈ, ਆਪਣੀ ਦੁਨੀਆ ਆ, ਇਹ ਆਪਾਂ ਨੂੰ ਥੱਲੇ ਦਬਾ ਦੂਗੀ। ਇਸੇ ਕਰਕੇ ਆਪਾਂ ਮਿਹਨਤ ਕਰੀਏ, ਅੱਗੇ ਵਧੀਏ, ਆਪਣਾ ਗੋਲ ਸੈੱਟ ਕਰੀਏ, ਜ਼ਿੰਦਗੀ ਨਾਲ ਜਜ਼ਬੇ ਨਾਲ ਆਪਣੀ ਜ਼ਿੰਦਗੀ ਜੀਏ। ਫਿਰ ਕੀ ਹੋਇਆ ਜੇ ਕੋਈ ਅੰਗ ਨਹੀਂ ਹੈਗਾ, ਅਤੇ ਆਪਾਂ ਜੇ ਜਜ਼ਬਾ ਰੱਖਾਂਗੇ, ਹੌਸਲਾ ਰੱਖਾਂਗੇ, ਮਿਹਨਤ ਕਰਾਂਗੇ, ਤਾਂ ਉਹ ਮਿਹਨਤ ਹਮੇਸ਼ਾ ਰੰਗ ਲਾਊਗੀ।